ਚੱਲ ਇੱਥੇ ਕੋਪਲਾ ਹੁਣ ਡੈਡੀ ਪੈਰੀ ਪੈਣਾ ਅੰਕਲ ਜੀ ਤੂੰ ਰਹਿ ਨਹੀਂ ਦੇ ਪੈਰਾਂ ਚ ਪੈਣ ਨੂੰ ਨਾਲੇ ਪੈਰਾਂ ਤੋਂ ਹੀ ਪੱਟ ਪੈਂਦੇ ਆ ਕਿਉਂਕਿ ਸਾਨੂੰ ਤੇ ਹੁਣ ਸਾਰਾ ਪਤਾ ਬਾਈ ਤੂੰ ਕਿਉਂ ਪੈਰਾਂ ਚ ਡਿੱਗਦਾ ਫਿਰਦਾ ਮੈਂ ਕਿਹੜਾ ਪ੍ਰਭਾਵ ਪਾਉਣ ਨੂੰ ਪੈਰੀ ਹੱਥ ਲਾਏ ਨੇ ਜੀ ਉਹ ਤਾਂ ਸਿਆਣੇ ਹੀ ਕਹਿੰਦੇ ਨੇ ਬਜ਼ੁਰਗਾਂ ਦੇ ਪੈਰੀ ਹੱਥ ਲਾ ਲੈਣੇ ਚਾਹੀਦੇ ਨੇ ਪਹਿਲਾਂ ਤੂੰ ਮੈਨੂੰ ਉਹ ਸਿਆਣਾ ਮਿਲਾ ਜਿਹੜਾ ਸਾਲਾ ਮੈਨੂੰ ਬਜ਼ੁਰਗ ਦੱਸਦਾ ਜਿੱਥੋਂ ਤੱਕ ਗੱਲ ਰਹੀ ਆਸ਼ੀਰਵਾਦ ਦੀ ਉਹ ਕਿਹਨੂੰ ਦੇਣਾ ਤੇ ਕਦੋਂ ਦੇਣਾ ਉਹ ਕਾਕਾ ਜੀ ਮੈਂ ਪਹਿਲਾਂ ਹੀ ਡਿਸਾਈਡ ਕਰ ਚੁੱਕਿਆ ਮੈਂ ਤਾਂ ਪੁੱਛਿਆ ਜੀ ਸੁੱਖ ਹੈ ਬੈਂਕ 'ਚ ਚੜ੍ਹਾਈ ਕੀਤੀ ਆ ਕਿਤੇ ਡਾਕਾ ਡੋਕਾ ਤਾਂ ਨਹੀਂ ਪੈ ਗਿਆ ਤੈਨੂੰ ਕਿਵੇਂ ਪਤਾ ਹੋਇਆ ਉਹ ਮੈਂ ਤਾਂ ਜੀ ਵੈਸੇ ਹੀ ਲੱਖਣ ਲਾਇਆ ਜੋ ਕਹਿੰਦੇ ਨਹੀਂ ਪੁਲਿਸ ਸੁੱਖ 'ਚ ਘੱਟ ਤੇ ਦੁੱਖ 'ਚ ਜ਼ਿਆਦਾ ਦਰਸ਼ਨ ਦਿੰਦੀ ਹੈ ਜ਼ਰੂਰੀ ਨਹੀਂ ਬੈਂਕ 'ਚ ਪੁਲਿਸ ਡਾਕਾ ਪੈਣ ਤੇ ਹੀ ਆਉਂਦੀ ਆ ਖਾਤਾ ਖਿਲਾਉਣ ਵੀ ਆ ਸਕਦੀ ਆ ਹਾਂ ਸੱਚ ਤੇ ਕਿਸੇ ਦਾ ਖਾਤਾ ਬੰਦ ਕਰਨ ਲਈ ਵੀ तू जा जा जाओ मरा मर ओ लखे ओ ओ मैनेजर साहब अकेले थानेदार साहब बैठाए हैं बैंक से कोई डाका डुका तो नहीं पै गया तू कौन हो मैंने पछाणिया नहीं क्यों पछाणन नु तेरा इथे गदौड़ा फिरे जनाब मैं होने वाला एनआरआई ਇਹ ਹੋਣ ਵਾਲਾ ਫੁੱਫੜ ਹੋਣ ਵਾਲਾ ਮਾਸੜ ਹੋਣ ਵਾਲਾ ਪ੍ਰਾਹੁਣਾ ਇਹ ਤਾਂ ਬਥੇਰੀ ਹਰੀ ਸੁਣੇ ਆ ਹੋਣ ਵਾਲਾ ਐਨਆਰਆਈ ਇਹ ਕਿਹੜੀ ਪਦਵੀ ਆ ਓਏ ਜਨਾਬ ਮੈਂ ਬਾਹਰ ਚੱਲਿਆ ਅਮਰੀਕਾ ਥੋੜੇ ਦਿਨਾਂ ਤੱਕ ਅਮਰੀਕਾ ਚੱਲਿਆ ਪਰ ਮੇਰੇ ਕੋਲ ਤਾਂ ਤੇਰੇ ਪਾਸਪੋਰਟ ਦੀ ਇਨਕੁਆਇਰੀ ਅਜੇ ਤੱਕ ਆਈ ਨਹੀਂ ਉਹ ਤਾਂ ਜੇ ਬਣਨਾ ਦੇਣਾ ਜੀ ਮਾਰਾ ਸਾਲ ਦੇ ਚਪੇੜ ਰੱਖ ਕੇ ਨਾ ਤੇਰੀ ਕੋਈ ਰੰਨ ਨਾ ਤੇਰਾ ਕੋਈ ਕੰਨ ਸਾਲੇ ਜੁਆਕਾਂ ਦੇ ਪੋਤੜੇ ਖਰੀਦਣ ਨੂੰ ਫਿਰਦਾ ਸਾਲਾ ਫੁਕਰਾ ਜਿਹਾ ਲੱਖਾ ਜੀ ਤੁਸੀਂ ਇੱਕ ਮਿੰਟ ਬਾਹਰ ਬੈਠੋ ਅਸੀਂ ਕੁਝ ਇੰਪੋਰਟੈਂਟ ਡਿਸਕਸ ਕਰ ਰਹੇ ਹਾਂ एक मिनट कर लो हाँ जी मैं की कह रहा सी के आ चक्को काका जी अपने खटारे दी चाबी ओए च तेल तुल पा लिया करो ठीक करा लो इनू किसी ने मंगना भी हुंदा नाल गल सुन अतरा सोहरा किवें सवेरे सवेरे बड़ा कब्बा बोलता हैं ओ जेड़ा आपा डाका मारिया सी ना ओदे ओदे बारे पुछ डाका 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 जिथे पट्टी भी नहीं हुंदी सानू ते सारा पता ना पर मैनू अज पता लग्या कि पट्टी कित्थे कित्थे नहीं हुंदी ओ नहीं यार इस गल दा वी जवाई नालो भाई दी सेवा एदां वध हुंदी आ ट्रंक कित्थे आ केड़ा ट्रंक ए भी अपने सौरे नूं पुछ लेना सी उन तां सारा पता ओ चल ओए मार मार तू भी मार मैनूं तां साला मंदर दा घंटा बना के रखदा जिहड़ा वी आउंदा खड़का के चला जांदा मेरी गल सुन घंटे नालो वध खड़काउण ट्रंक दस कित्थे आ भाई मैं सच्ची कहना मैनूं सारा कुछ याद आ आपां चोरी कीती आ ट्रंक चक्किआ पर इन्ना नहीं याद मैं लकोया कित्थे आ सौ लगे बीरे ओ सारा पिंड लुट के खा गया हुण सौं खाई जाना झूठियां ओ वी भाई मैं सच्ची कहना मैनूं कुछ नहीं याद ट्रंक है कित्थे मैं भुल गया रख के ट्रंक अच्छा इन्ना पैसा हैगा तेरे कोल जो रख के भुल गया ओ दस दे कित्थे आ आ गई याद आ गई नहीं नहीं परजाई आ गई परजाई बचा ला जग्गे क्यों कुट्टे जाने बेचारे नूं बचा ला परजाई की होया असीं ना इहदी बैंक वाली ब्रांचो ਵੱਡੀ ਬ੍ਰਾਂਚ ਦਾ ਟਰੰਕ ਚੱਕਿਆ ਕੁਛ ਨਹੀਂ ਆ ਕੁਛ ਨਹੀਂ ਆ ਤੇ ਖਾਦੀ ਪਿੱਛੇ ਮੈਂ ਟਰੰਕ ਤੇ ਰੱਖ ਕੇ ਭੁੱਲ ਗਿਆ ਉਹ ਕੁਛ ਨਹੀਂ ਭੁੱਲਿਆ ਭੱਲਿਆ ਉਹਦੇ ਚ ਪੈਸਾ ਬਹੁਤ ਸੀ ਪ੍ਰੀਤ ਇਹਦੀ ਨੀਤ ਬਦਲ ਗਈ ਦੱਸ ਟਰੰਕ ਕਿੱਥੇ ਓਏ ਜੱਗਿਆ ਤੂੰ ਚੋਰੀ ਕੀਤੀ ਆ ਹਾਂ ਕੀਤੀ ਆ ਚੋਰੀ ਕਹਦੇ ਆਪਣੇ ਭਾਪੇ ਨੂੰ ਜਾ ਕੇ ਉਹ ਤੇਰੇ ਜਵਾਕਾਂ ਤੋਂ ਮਾਮਾ ਕਹਣ ਨਾਲੋਂ ਤਾਂ ਚੰਗਾ ਮੈਂ ਦੁਨੀਆ ਤੋਂ ਚੋਰ ਕਹਲਾ ਉਹ ਦੱਸ ਦੇ ਕਿੱਥੇ ਆ ਸਾਡਾ ਵਿਆਹ ਟਿਕਿਆ ਭਰਾਵਾ ਉਸ ਟਰੰਕ ਤੇ ਦੱਸ ਦੇ ਭਰਜਾਈ ਭੈਣੇ ਵੀਰੇ ਮੇਰਾ ਭਾਵੇਂ ਐਕਸ-ਰੇ ਕਰਾ ਲਓ ਮੈਨੂੰ ਭਾਵੇਂ ਗੁਰਦੁਆਰੇ ਚੜਾ ਲਓ ਭਾਵੇਂ ਮੈਨੂੰ ਝੂਠ ਫੜਨ ਵਾਲੀ ਮਸ਼ੀਨ ਤੇ ਬਿਠਾ ਲਓ ਹੈ ਇਹ ਤਾਂ ਗੀਤ ਬਣ ਗਿਆ ਕਿਤੇ ਸੱਟ ਲੱਗਣ ਕਾਰਨ ਮੈਂ ਗੀਤ ਕਰਦਾ ਨਹੀਂ ਬਣ ਗਿਆ ਉਹ ਬਕਵਾਸ ਨਾ ਕਰ ਯਾਰ ਟਰੰਕ ਦੱਸ ਕਿੱਥੇ ਆ ਜੇ ਟਰੰਕ ਨਾ ਮਿਲਿਆ ਤੇਰਾ ਚਿੱਤਰਹਾਰ ਬਣਾਉ ਪਿੰਡ 'ਚ ਤੈਨੂੰ ਮੈਂ ਦੱਸਾਂ ਪਹਿਲਾਂ ਤੂੰ ਆਪਣਾ ਚਿੱਤਰਹਾਰ ਬੰਦ ਕਰ ਮੈਨੂੰ ਸਿਰਫ ਇੰਨਾ ਯਾਦ ਹੈ ਕਿ ਮੈਂ ਡਿੱਗਿਆ ਹੋਇਆ ਸੀ ਮੇਰੇ ਲਹੂ ਚੱਲ ਰਿਹਾ ਸੀ ਤੇ ਮੈਨੂੰ ਹਾਂ ਮੈਨੂੰ ਪਿੰਡ ਵਾਲੇ ਡਾਕਟਰ ਨੇ ਚੱਕਿਆ ਸੀ ਧਰਮੇ ਨੇ ਦਵਾਈ ਲੈਂਦਾ ਨਹੀਂ ਟਾਈਮ ਸਿਰ ਸਤਿ ਸ਼੍ਰੀ ਅਕਾਲ ਜੀ ਹਾਂ ਬਈ ਅਸੀਂ ਇਹ ਪੁੱਛਣ ਆਏ ਸੀ ਜੀ ਰਾਤੀ ਇਹਨੂੰ ਤੁਸੀਂ ਚੱਕਿਆ ਕਿੱਥੋਂ ਸੀ ਗਲੀ ਦੀ ਗੰਦੀ ਨਾਲੀ ਕੋਲੋਂ ਬਸ ਕੁੱਤੇ ਦਾ ਮੂੰਹ ਚਟਣੀ ਵਾਲੇ ਸੀ ਕਿਉਂ ਪੀਂਦੇ ਹੋ ਯਾਰ ਤੁਸੀਂ ਇਨੀ ਦਾਰੂ ਡਾਕਟਰ ਸਾਹਿਬ ਤੁਸੀਂ ਜਦੋਂ ਇਹਨੂੰ ਚੁੱਕਿਆ ਇਹਦੇ ਕੋਲ ਕੋਈ ਚੀਜ਼ ਸੀ ਹਾਂ ਕੀ ਸੀ ਦੱਸੋ ਸਕੂਟਰ
ਜਿਹੜਾ ਤੇਰੇ ਉੱਤੇ ਪਿਆ ਸੀ। ਡਾਕਟਰ ਸਾਹਿਬ ਇਦਾਂ ਹੋ ਸਕਦਾ ਵੀ ਅੱਧੀ ਰਾਤ ਤੋਂ ਬਾਅਦ ਸਾਰੀ ਗੱਲ ਭੁੱਲ ਜੇ? ਅਕਸਰ ਇਦਾਂ ਹੁੰਦਾ ਜਦੋਂ ਬੰਦਾ ਵੱਧ ਦਾਰੂ ਪੀ ਲੈਂਦਾ ਜਾਂ ਕਿਸੇ ਹੋਰ ਤਰ੍ਹਾਂ ਨਸ਼ਾ ਕਰ ਲੈਂਦਾ ਜਿਵੇਂ ਇਹਨੇ ਕੀਤਾ ਹੋਇਆ ਸੀ, ਹੈ ਤਾਂ ਸਵੇਰੇ ਫਿਰ ਨਾ ਲੋਕ ਹੀ ਦੱਸਦੇ ਆ ਕਿ ਕੁੱਤੇ ਤੇਰਾ ਮੂੰਹ ਚੱਟਣ ਡੇ ਹੀ ਜਿਵੇਂ ਕਿ। ਬਸ ਬਸ ਕੰਮ ਦੀ ਗੱਲ ਕਰ, ਫਿਰ ਤੁਸੀਂ ਇੱਥੇ ਆਏ ਕੀ ਕਰਨ ਜੇ? ਕੁਝ ਨਹੀਂ ਜੀ, ਇੱਕ ਟਰੰਕ ਚੁੱਕਿਆ ਸੀ। ਓ ਨਹੀਂ ਨਹੀਂ ਨਹੀਂ, ਮੈਂ ਦੱਸਦਾ ਜੀ, ਘਰ ਚੇਂਜ ਕੀਤਾ ਸੀ ਨਾ ਜੀ, ਤੇ ਉਹ ਸਮਾਨ ਅਸੀਂ ਰੱਖ ਕੇ ਕਿਤੇ ਉਹ ਸੀਗਾ ਸਾਡਾ ਟਰੰਕ, ਭੁੱਲ ਗਏ। ਓ ਓ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ, ਆ ਜੂਗਾ ਯਾਰ, ਕੋਈ ਪ੍ਰੋਬਲਮ ਨਹੀਂ। ਪ੍ਰੋਬਲਮ ਹੈਗੀ ਆ ਯਾਰ। ਹਾਂ, ਕੱਲ ਜਿਹੜਾ ਮੈਂ ਕੱਛਾ ਪਾਇਆ ਸੀ ਨਾ ਪੈਂਟ ਥੱਲਿਓ, ਹਾਂ ਹੈ ਨਹੀਂ, ਕੁਛ ਗਲਤ ਨਹੀਂ ਹੋ ਗਿਆ? ਤੇਰੀ ਆ ਕਤੂਰੀ ਜੀ ਤਾਂ ਬਹੁਤ ਭੱਜਦੀ ਆ। ਅੰਕਲ ਜੀ ਹਜੇ ਤਾਂ ਮੈਂ ਭਜਾਈ ਨਹੀਂ ਜੀ। ਚੰਗਾ ਕੀਤਾ ਨਹੀਂ ਭਜਾਈ, ਖਿਲ ਰਿਹਾ ਲੋਹਾ ਤਾਂ ਫੇਰ ਵੀ ਇਕੱਠਾ ਹੋ ਜਾਂਦਾ, ਪਰ ਇਸ ਉਮਰੇ ਖਿਲ ਰਹੇ ਹੱਡ ਗੋਡੇ ਘੱਟ ਇਕੱਠੇ ਹੁੰਦੇ ਆ, ਹੁਣ ਸਾਨੂੰ ਤੇ ਸਾਰਾ ਪਤਾ। ਅਰੇ ਅੰਕਲ ਜੀ ਮੈਨੂੰ ਇੰਨਾ ਪਤਾ, ਤੁਹਾਨੂੰ ਲਿਫਟ ਦੇ ਕੇ ਮੈਨੂੰ ਬਹੁਤ ਚੰਗਾ ਲੱਗਦਾ, ਪਰ ਮੈਨੂੰ ਤੇਰੇ ਕੋਲੋਂ ਲਿਫਟ ਲੈ ਕੇ ਥਾਣੇਦਾਰ ਵਾਲੀ ਘੱਟ ਤੇ ਆ ਦੋਜੀ ਵਾਲੀ ਫੀਲਿੰਗ ਵੱਧ ਆਉਂਦੀ ਆ। ਆਸਾਂ ਆਪਣੇ ਡੋਲੂ ਛੱਲੂ। ਕੀ ਗੱਲ, ਸਟੈਂਡ ਤੇ ਲਾਤੀ, ਇਹਨੂੰ ਸਾਹ ਚੜ ਗਿਆ? ਇਹਨੂੰ ਨਹੀਂ ਜੀ, ਮੈਨੂੰ ਸਾਹ ਚੜ ਗਿਆ। ਥੋੜੀ ਘਬਰਾਹਟ ਜੀ ਹੁੰਦੀ ਸੀ, ਦੋ ਘੁੱਟ ਪਾਣੀ ਮਿਲੂਗਾ ਜੀ? ਇੱਕ ਪੁਰਾਣਾ ਗੀਤ ਹੈ ਕਿ ਜੱਗ ਜਿਉਣ ਵੱਡੀਆਂ ਭਰਜਾਈਆਂ ਪਾਣੀ ਮੰਗੇ ਦੁੱਧ ਦਿੰਦੀਆਂ, ਸੁਣਿਆ? ਹਾਂਜੀ ਹਾਂਜੀ। ਤੇ ਫਿਰ ਪੀਓ ਦੁੱਧ। ਪਰ ਅੰਕਲ ਜੀ ਮੈਂ ਤੇ ਪਾਣੀ ਮੰਗਿਆ। ਯਾਰ ਤੇਰੇ ਤੇ ਕੋਈ ਬੇਤਵਾਰੀ ਹੈ, ਇਹ ਦੁੱਧ ਚੱਦਾ ਸੁੱਧਾ ਪਾਣੀ ਤਾਂ ਹੈ। ਅੰਕਲ ਜੀ ਤੁਸੀਂ ਕਿੱਦਾਂ ਕਹਿ ਸਕਦੇ ਇਹਦੇ ਚੱਦਾ ਪਾਣੀ ਆ? ਹੁਣ ਸਾਨੂੰ ਤੇ ਸਾਰਾ ਪਤਾ, ਬੜੇ ਦੋਜੀ ਮੂੰਹ ਤੇ ਪਾਇਆ ਅਸੀਂ ਠਾਣੇ। ਠੀਕ ਅੰਕਲ ਜੀ ਮੈਂ ਚੱਲਦਾ ਜੀ। ਕੀ ਗੱਲ ਬੇਟੇ, ਪਾਣੀ ਨਹੀਂ ਪੀਣਾ? ਬਸ ਜੀ ਪਾਣੀ ਪਾਣੀ ਤਾਂ ਕਰਦਾ ਜੀ। ਡੈਡੀ ਤੁਸੀਂ ਥੋੜਾ ਚਿਰ ਵੇਟ ਨਹੀਂ ਕਰ ਸਕਦੇ? ਕੀ ਗੱਲ ਬੇਟੇ, ਅੰਦਰ ਕੋਈ ਕੱਪੜੇ ਬਦਲ ਲਿਆ? ਓਹੋ, ਮੇਰਾ ਮਤਲਬ ਮੇਰੇ ਵਿਆਹ ਲਈ ਥੋੜਾ ਰੁਕ ਨਹੀਂ ਸਕਦੇ? ਬੇਟਾ ਰੁਕ ਰੁਕ ਕੇ ਤਾਂ ਇੱਥੇ ਤੱਕ ਪਹੁੰਚਿਆ, ਜੇ ਹੋਰ ਰੁਕ ਗਿਆ ਮੈਨੂੰ ਤਾਂ ਇਸ ਗੱਲ ਦਾ ਫਿਕਰ ਆ ਦੂਜੀ ਜਾ ਕੇ ਕਿਸੇ ਹੋਰ ਦੇ ਘਰ ਮੂਹਰੇ ਨਾ ਰੁਕ ਜਾਵੇ। ਦੂਜੀ ਦੂਜੀ ਦੂਜੀ, ਡੈਡੀ ਤੁਹਾਨੂੰ ਇਸ ਦੂਜੀ ਦੇ ਅੱਗੇ ਕੁਝ ਨਹੀਂ ਦਿਖਦਾ। ਹੁਣ ਦੇਖਣ ਨੂੰ ਦੂਜੀ ਦੇ ਅੱਗੇ ਜਾ ਕੇ ਮੈਂ ਮੱਝ ਦੇਖ ਲਾਂ? ਕਦੇ ਆ ਵੀ ਵੇਖ ਲਓ ਕਿ ਤੁਹਾਡੀ ਧੀ ਕੀ ਚਾਹੁੰਦੀ ਆ। ਅੱਛਾ, ਇਹ ਤੇ ਮੈਂ ਸੋਚਿਆ ਹੀ ਨਹੀਂ। ਖੈਰ ਮੈਨੂੰ ਵੀ ਤਾਂ ਪਤਾ ਲੱਗੇ ਮੇਰੀ ਧੀ ਕੀ ਚਾਹੁੰਦੀ ਆ। ਉਹ ਚਾਹੁੰਦੀ ਹੈ ਕਿ ਉਹਦੇ ਸੁਪਨੇ ਦਾ ਸ਼ਹਿਜ਼ਾਦਾ ਘੱਟੋ ਘੱਟ ਹੀਰੋ ਤਾਂ ਲੱਗੇ। ਤੂੰ ਪਤਾ ਨਹੀਂ ਕਿਹੜਾ ਹੀਰੋ ਲੱਭਦੀ ਫਿਰਦੀ ਆ, ਅਗਲਾ ਤੇਰੇ ਪਿੱਛੇ ਹੀਰੋ ਮਜੈਸਟਿਕ ਚੱਕੀ ਫਿਰਦਾ, ਦੋ ਬੰਦਿਆਂ ਦਾ ਭਾਰ ਵਾਧੂ ਖਿੱਚ ਲੈਂਦੀ ਆ। ਮੈਨੂੰ ਘਰੇ ਛੱਡ ਕੇ ਗਿਆ, ਉਹ ਵੀ 40 ਦੀ ਸਪੀਡ ਤੇ। ਤੂੰ ਉਹਦੇ ਘਰ ਜਾਣ ਨੂੰ ਤਿਆਰ ਹੋ ਜਾ, ਉਹ ਵੀ 100 ਦੀ ਸਪੀਡ ਤੇ। ਡੈਡੀ ਤੁਸੀਂ ਕਦੇ ਤਾਂ ਸੀਰੀਅਸ ਹੋ ਜਾਇਆ ਕਰੋ। ਸੀਰੀਅਸ ਹੋਣ ਨੂੰ ਮੇਰੇ ਕੇ ਟਰੱਕ ਵੱਜਿਆ। ਕਾਸ਼ ਮੈਂ ਤੁਹਾਨੂੰ ਦੱਸ ਸਕਦੀ ਕਿ ਮੇਰੇ ਸੁਪਨਾ ਦਾ ਸ਼ਹਿਜ਼ਾਦਾ ਕੌਣ ਹੈ। ਹੁਣ ਸਾਨੂੰ ਤੇ ਸਾਰਾ ਪਤਾ, ਪਰ ਤੈਨੂੰ ਮੈਂ ਕਿਵੇਂ ਸਮਝਾਵਾਂ ਕਿ ਆਪਣੇ ਹੱਥੀ ਮੈਂ ਤੈਨੂੰ ਖੂਚ ਧੱਕਾ ਨਹੀਂ ਦੇ ਸਕਦਾ।